ਤੇ ਟੋਟਲ ਜਿਹੜਾ ਆ ਉਹ ਕਿੰਨਾ ਪੈਸਾ ਗਿਆ ਆ ਸਰ ਮੇਰਾ ਉਹਨਾਂ ਲਈ 9 ਲੱਖ ਰੁਪਇਆ ਗਿਆ ਹੋਇਆ ਹੈ ਬੈਂਕ ਅਕਾਊਂਟ ਦੇ ਵਿੱਚ ਕੈਸ਼ ਕਿ 9 ਲੱਖ ਰੁਪਇਆ ਵਿੱਚ ਜਿਹੜਾ ਤੁਸੀਂ ਆਪਣੇ ਕੈਨੇਡਾ ਭੇਜਿਆ ਉਹ ਵੀ ਵਿੱਚ ਹੀ ਆ ਇਹ ਦੋ ਫਰਾਡ ਦੀ ਇੱਕ ਤਾਂ ਤੁਹਾਡੀ ਫਰਾਡ ਕਰਨ ਵਾਲੀ ਸੱਸ ਹੈ ਜਿਹਦੇ ਅਕਾਊਂਟ ਵਿੱਚ ਪੈਸੇ ਪਾਏ ਤੇ ਦੂਜੇ ਤੁਸੀਂ ਪੈਸੇ ਪਾਏ ਆ ਇਹ ਮੁੰਡੇ ਦੇ ਸੋ ਇਹ ਕੋਈ ਫਰਾਡ ਵੱਖਰਾ ਹੈ ਹਾਂ ਜੀ ਸਰ ਹਾਂ ਤੁਸੀਂ ਇਹਦੀ ਵੱਖਰੀ ਕੰਪਲੇਂਟ ਕਰੋ ਅਮਰਪਾਲ ਬੱਸ ਸ਼ੋਅ ਦੇ ਵਿੱਚ ਸਵਾਗਤ ਹੈ ਵੈਲਕਮ ਸਰ ਮੈਂ ਆਪਣੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ ਹਾਂ ਤੁਸੀਂ ਮੈਂ ਤੁਹਾਨੂੰ ਸਵਾਲ ਕਰਾਂਗਾ ਤੁਸੀਂ ਜਵਾਬ ਦਿਓਗੇ ਸਾਡੇ ਪਾਸ ਹਰ ਟੈਕਨੋਲੋਜੀ ਹੈ ਅਸੀਂ ਉਹਦੇ ਉੱਪਰ ਇਹ ਟੈਲੀਕਾਸਟ ਵੀ ਕਰਾਂਗੇ ਬ੍ਰੌਡਕਾਸਟ ਕਰਾਂਗੇ ਯੂਟਿਊਬ 'ਤੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਕਈ ਲੋਕ ਟਿਕਟੋਕ ਬਣਾ ਲੈਂਦੇ ਨੇ ਰੇਡੀਓ 'ਤੇ ਟੈਲੀਵਿਜ਼ਨ 'ਤੇ ਔਰ ਬਾਸੀ ਸ਼ੋਅ ਦੇ ਵਿੱਚ ਇਹ ਸਾਨੂੰ ਟੈਲੀਕਾਸਟ ਕਰਨ ਦੀ ਆਗਿਆ ਦਿਓ ਸੇ ਯੈਸ ਪਲੀਜ਼ ਯੈਸ ਸਰ ਯਾ ਅਮਰਪਾਲ ਅਮਰਪਾਲ ਪੂਰਾ ਨਾਮ ਕੀ ਤੁਹਾਡਾ ਅਮਰਪਾਲ ਸਿੰਘ ਗੋਤਕੀ ਹੈ ਸਿੱਧੂ ਸਰ ਓ ਸਿੱਧੂ ਅਮਰਪਾਲ ਸਿੰਘ ਸਿੱਧੂ ਕਿੱਥੋਂ ਜ਼ਿਲ੍ਹਾ ਕਿਹੜਾ ਤੁਹਾਡਾ ਜ਼ਿਲ੍ਹਾ ਮੇਰਾ ਮੋਗਾ ਜੀ ਪਿੰਡ ਮੇਰਾ ਸੇਖਾ ਕਲਾਂ ਜੀ ਮੋਗਾ ਸੇਖਾ ਸੇਖਾ ਪਿੰਡ ਹਾਂਜੀ ਸੇਖਾ ਕਲਾਂ ਜੀ ਵੱਡਾ ਸੇਖਾ ਕਹਿੰਦੇ ਜੀ ਇਹ ਕਿੱਡਾ ਕੁ ਵੱਡਾ ਪਿੰਡ ਹੈ ਕਾਫੀ ਵੱਡਾ ਪਿੰਡ ਹੈ ਸਰ ਤਕਰੀਬਨ ਮੇਰੇ ਪਿੰਡ ਦੀ ਵੋਟ ਹੈਗੀ ਹੈ ਜੀ 5,500 ਓ ਮਾਈ ਗੋਡ ਕਮ ਔਨ ਬੇਬੀ ਸੋ ਮੋਗੇ ਦਾ ਮੋਗੇ ਤੋਂ ਕਿੰਨੀ ਦੂਰ ਹੈ ਸਰ ਮੋਗਾ ਮੈਨੂੰ ਪੈ ਜਾਂਦਾ 35 ਕਿਲੋਮੀਟਰ ਜੀ ਤੁਹਾਡੀ ਤਹਿਸੀਲ ਕਿਹੜੀ ਆ ਇਹ ਸਰ ਜਦੋਂ ਆਪਾਂ ਕੋਟਕਪੂਰੇ ਨੂੰ ਜਾਂਦੇ ਆ ਸਰ ਕੋਟਕਪੂਰੇ ਦੇ ਅੱਧ ਰਸਤੇ ਜਾਂਦਾ ਹੈ ਆਪਣੇ ਅੰਮ੍ਰਿਤਪਾਲ ਤੁਹਾਡੀ ਤਹਿਸੀਲ ਕਿਹੜੀ ਆ ਤਹਿਸੀਲ ਸਰ ਬਾਗਾ ਪੁਰਾਣਾ ਜੀ ਤੁਸੀਂ ਇੰਗਲੈਂਡ ਤੋਂ ਕਾਲ ਕਰ ਰਹੇ ਹੋ ਤੁਹਾਡੇ ਫਾਦਰ ਦਾ ਨਾਮ ਕੀ ਹੈ ਸਰਦਾਰ ਸਕੱਤਰ ਸਿੰਘ ਜੀ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਨਹੀਂ ਸਰ ਮੈਂ ਅਨਮੈਰਿਡ ਹਾਂ ਜੀ ਅਨਮੈਰਿਡ ਹੋ ਮੰਗਣੀ ਠਾਕਾ ਵਗੈਰਾ ਤਾਂ ਨਹੀਂ ਹੋਇਆ ਕਦੇ ਤੁਹਾਡੇ ਸਿਗਨਲ ਮੈਨੂੰ ਮਿੰਡ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ ਸਰ ਤਾਂ ਕਰਕੇ ਪਲੀਜ਼ ਆਪਣੀ ਜਿਹੜੀ ਤੁਹਾਡੀ ਲੋਕੇਸ਼ਨ ਹੈ ਜਿੱਥੇ ਖੜ੍ਹੇ ਹੋ ਉੱਥੇ ਕੁਝ ਮਿੰਟ ਲਈ ਖੜ੍ਹ ਜਾਓ ਡਰਾਈਵ ਕਰ ਰਹੇ ਹੋ ਹਾਂਜੀ ਸਰ ਮੈਂ ਟ੍ਰੈਫਿਕ ਦੇ ਵਿੱਚ ਹੈਗਾ ਮੈਂ ਗੱਡੀ ਸਾਈਡ ਕਰਨ ਦੀ ਕੋਸ਼ਿਸ਼ ਕਰਦਾ ਜੀ ਆਪਣੀ ਨਹੀਂ ਪਹਿਲਾਂ ਕੋਸ਼ਿਸ਼ ਨਹੀਂ ਪਹਿਲਾਂ ਤੁਸੀਂ ਪਾਰਕ ਕਰ ਗੱਡੀ ਨੂੰ ਸਾਡੇ ਨਾਲ ਗੱਲ ਕਰਨੀ ਸੀ ਕਿਉਂਕਿ ਦੁਨੀਆ ਵਿੱਚ ਤੁਹਾਡੀ ਆਵਾਜ਼ ਜਿਹੜੀ ਜਾ ਰਹੀ ਹੈ ਇਸ ਵੇਲੇ ਕਿਉਂਕਿ ਸਮਾਂ ਸਾਡਾ ਕੀਮਤੀ ਵੇਸਟ ਹੋ ਰਿਹਾ ਬੇਟਾ ਹਾਂਜੀ ਸਰ ਪਲੀਜ਼ ਮੈਨੂੰ ਇੱਕ ਮਿੰਟ ਦਿਓ ਜੀ ਸਿੱਧਾ ਜਨਰਲ ਕਮਰਸ਼ਲ ਦਿਓਗੇ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ ਤਾਂ ਪੇਪੈਲ ਦੁਆਰਾ ਪੈਸੇ ਭੇਜੋ ਸੋਨੇ ਸ਼ਾਪਿੰਗ ਵਾਲੀ ਮਹਿੰਦਰਾ ਜਿਲ੍ਹਾ ਨੂੰ ਕਦੇ ਨਾ ਪੱਲੋ ਰਿਸ਼ਤਾ ਡਿਪੂ ਦਾ ਨੰਬਰ ਹੈ ਰਿਸ਼ਤੇ ਕੋਲ 9544881166 ਅਤੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦੇ ਦਈਏ ਕਿ ਪੇ ਪੈਣੀ ਤੁਹਾਡੀ ਸੇਵ ਵਿੱਚ $1.60 ਦੇ ਰਹੀ ਹੈ ਅਤੇ ਕੋਈ ਫੀਸ ਨਹੀਂ ਚਾਰਜ ਕਰਦੀ ਅਤੇ ਇਹ ਵੀ ਇੱਕ ਹੋਰ ਸੰਦੇਸ਼ ਜਿਹੜਾ ਕਿ ਜ਼ਰੂਰੀ ਸਮਝੋ ਕਿ ਆਪਣੇ ਕੈਲਗਰੀ ਦੇ ਵਿੱਚ 4 bedroom ਦੇ ਟਾਊਨ ਹਾਊਸ ਡਬਲ ਗਰਾਜ ਵਿੱਚ ਵਿਕ ਰਹੇ ਨੇ $3,99,000 ਨੂੰ $2,000 ਦੇ ਕੇ ਤੁਸੀਂ ਬੁੱਕ ਕਰਾਉਣੇ ਆ $2,000 ਦੇ ਕੇ ਬ੍ਰੈਂਡ ਨਿਊ ਟਾਊਨ ਹਾਊਸ ਬੁੱਕ ਕਰਾਓ ਨੰਬਰ ਹੈ 416-818-7800 ਤੇ ਕਾਲ ਕਰ ਸਕਦੇ ਹੋ ਹਾਂਜੀ ਅੰਮ੍ਰਿਤਪਾਲ ਤੁਸੀਂ ਆ ਗਏ ਹੋ ਆਪਣੀ ਲੋਕੇਸ਼ਨ 'ਤੇ ਪਾਰਕ ਕਰ ਲਈ ਗੱਡੀ ਹਾਂਜੀ ਸਰ ਗੱਡੀ ਮੈਂ ਪਾਰਕ ਕਰ ਲਈ ਹੈ ਵੈਰੀ ਗੁੱਡ ਓਕੇ ਤੁਸੀਂ ਇੰਗਲੈਂਡ 'ਚ ਕਦੋਂ ਆਏ ਹੋ ਸਰ ਮੈਂ ਇੰਗਲੈਂਡ 'ਚ ਆਇਆ ਸੀਗਾ ਜੀ 2020 ਦੇ ਵਿੱਚ ਸਪਟੰਬਰ ਦੇ ਵਿੱਚ ਆਇਆ ਸੀਗਾ ਜੀ ਮੈਂ ਕਿਵੇਂ ਸਬਬ ਬਣਿਆ ਇੰਗਲੈਂਡ ਆਉਣ ਦਾ ਸਰ ਮੈਂ ਸਟੱਡੀ ਵੀਜ਼ਾ ਲਿਆ ਸੀਗਾ ਜੀ ਕੈਨੇਡਾ ਕਿਉਂ ਨਹੀਂ ਆਏ ਸਰ ਕੈਨੇਡਾ ਮੈਂ 6 ਵਾਰੀ ਫਾਈਲ ਲਗਾਈ ਹੈ ਜੀ ਮੇਰੀ 6 ਵਾਰ ਫਾਈਲ ਰਿਫਿਊਜ਼ ਹੈ ਕੈਨੇਡਾ ਤੋਂ ਓ ਮਾਈ ਗੋਡ ਤੁਹਾਡੇ ਤੁਸੀਂ ਬੈਂਡ ਨਹੀਂ ਸੀ ਆਏ ਪੂਰੇ ਤੁਹਾਡੇ ਨਹੀਂ ਸਰ ਬੈਂਡ ਮੇਰੇ ਸੀਗੇ 7 ਬੈਂਡ ਮੇਰੇ ਸੀਗੇ
बट मैं एक ही रीजन आ रहा है एम्बेसी तो हर बार यू विल नॉट कम बैक आफ्टर द एंड ऑफ योर स्टडी सो दैट्स व्हाई उन्होंने मैं वीजा नहीं दिता ही कभी उस तो बाद फिर पढ़े किन्ने तुसीं सर मेरा मैं डिग्री छड़ती सी जी डिप्लोमा किया है मेरा सिविल इंजीनियरिंग का जी एज किन्नी तुहाडी मेरी एज इस टाइम 27 है जी ये सात बैंड भी होन और उन्होंने रिफ्यूज किया हो मैं हैरान हां कि भाई इमिग्रेशन जेडे अफसर ने आई डोंट नो कि इन्होंने जजमेंट की हो जी है क्योंकि जेडे अफसर ने ये भी बहुत वेल एजुकेटेड नहीं है ये एक क्लर्क जो होंगे मेरे ख्याल के 10-12 ग्रेड की होंगी इन्होंने पोस्ट पोलिटिकल मिली होंगे लोगों ने जी आई अंडरस्टैंड सो बहुत सारे लोग जिस कंट्री अप्लाई करते हैं उतों के हायर किए लोग होंगे ने सो उन्हें एक्सपीरियंस रखते उन्होंने जजमेंट जी है वह कई बार इन्नी गलत होंगी है कि रिफ्यूज कर देंगे ने मैनचेस्टर ਨਾਲ ਕੰਮ ਵੀ ਕਰਦੇ ਪਾਰਟ ਟਾਈਮ ਹਾਂਜੀ ਸਰ ਪਾਰਟ ਟਾਈਮ ਕੰਮ ਕਰਦਾ ਹਾਂ ਸਿਕਿਉਰਿਟੀ ਦਾ ਜੀ ਕਿੰਨੇ ਪੈਸੇ ਕਮਾ ਲੈਂਦੇ ਕਿੰਨੇ ਪਾਉਂਡ ਸਰ ਤਕਰੀਬਨ ਮਹੀਨੇ ਦਾ 700 ਕਿਉਂਕਿ ਸਟੂਡੈਂਟ ਹੈ ਜੀ 700 ਬਣਦਾ ਹੈ ਜੀ ਸਟਰਲਿੰਗ ਹਾਂਜੀ ਸਰ ਸਟਰਲਿੰਗ ਪਾਉਂਡ 700 ਓਕੇ ਆਪਣੇ ਮਿਸਟਰ ਸਿੱਧੂ ਤੁਹਾਡੇ ਨਾਲ ਫਰਾਡ ਕੀ ਹੋਇਆ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਤੁਹਾਨੂੰ ਸਮੱਸਿਆ ਕੀ ਆਈ ਬੋਲੋ ਸਰ ਇਹ ਗੱਲ ਹੈਗੀ ਹੈ ਜੀ 2018 ਦੀ ਉਸ ਤੋਂ ਪਹਿਲਾਂ ਸਰ ਮੈਂ ਆਪਣੀ 6 ਵਾਰ ਆਪਣੀ ਫਾਈਲ ਲਗਾ ਚੁੱਕਿਆ ਸੀ ਮੈਂ ਕੈਨੇਡਾ ਦੀ ਤੇ ਸਰ ਕੈਨੇਡਾ ਦੇ ਮੇਰਾ ਹਰ ਵਾਰ ਰਿਫਿਊਜ਼ ਹੋ ਰਿਹਾ ਸੀਗਾ ਤੇ ਮੇਰੇ ਘਰ ਦੇ ਵੀ ਥੋੜੇ ਜਿਹੇ ਮੇਰੇ ਤੋਂ ਏਦਾਂ ਲੱਗਦਾ ਸੀ ਕਿ ਸਾਡਾ ਬੱਚਾ ਬਾਹਰ ਨਹੀਂ ਜਾ ਪਾਇਆ ਤੇ ਸਾਨੂੰ ਵੀ ਉਹਦਾ ਅਫਸੋਸ ਹੈ ਉਹ ਚੀਜ਼ ਦਾ ਤੇ ਫਿਰ ਸਰ ਮੇਰੇ ਮੈਂ ਆਪਦੇ ਬੈਂਡ ਲੈ ਕੇ ਤੇ ਮੈਂ ਪੜ੍ਹਾਉਣ ਲੱਗ ਗਿਆ ਸੀਗਾ ਉੱਥੇ ਜੀ ਐਜ਼ ਅ ਟੀਚਰ ਆਈਲਟਸ ਸੈਂਟਰ ਦੇ ਵਿੱਚ ਓਕੇ ਤੇ ਉਸ ਦੌਰਾਨ ਜੀ ਮੇਰੇ ਇੱਕ ਪਿੰਡੋ ਹੀ ਨੇ ਜੀ ਮੇਰੇ ਮਾਸੜ ਜੀ ਲੱਗਦੇ ਨੇ ਉਹ ਤੇ ਉਹਨਾਂ ਇੱਕ ਰਿਸ਼ਤਾ ਲੈ ਕੇ ਸਾਡੇ ਘਰ ਆਏ ਤੇ ਕਹਿੰਦੇ ਵੀ ਤੇਰਾ ਵਿਆਹ ਕਰਦੇ ਹਾਂ ਤੇ ਮੈਂ ਸਰ ਮੰਨਦਾ ਨਹੀਂ ਸੀਗਾ ਉਹ ਰਿਸ਼ਤੇ ਨੂੰ ਤੇ ਕਿਉਂਕਿ ਮੈਂ ਸਰ ਆਲਰੇਡੀ ਦੇਖ ਚੁੱਕਿਆ ਸੀਗਾ ਵੀ ਕਾਫੀ ਕੇਸ ਹੋ ਰਹੇ ਆ ਫਰੋਡਿੰਗ ਦੇ ਤੇ ਬਟ ਮੇਰੇ ਮੰਮਾ ਪਾਪਾ ਸੀਗੇ ਉਹ ਕਹਿੰਦੇ ਵੀ ਤੇਰੇ ਮਾਸੜ ਵਿੱਚ ਆ ਮੇਰਾ ਮਾਸੜ ਲੱਗਦਾ ਜੀ ਉਹ ਯਾਨੀ ਕਿ ਉਹਦਾ ਰਿਸ਼ਤੇਦਾਰੀ ਨਹੀਂ ਹੈ ਬਟ ਮੇਰਾ ਮਾਸੜ ਲੱਗਦਾ ਕਿਉਂਕਿ ਮੇਰੇ ਮੰਮੀ ਦਾ ਰਿਸ਼ਤਾ ਵੀ ਉਹ ਬੰਦੇ ਨੇ ਕਰਾਇਆ ਸੀ ਅਮਰਤ ਤੁਸੀਂ ਨਾਲ ਕੋਈ ਕੰਮ ਕਰ ਰਹੇ ਹੋ ਪੁਲਿਸ ਨੂੰ ਬੰਦ ਕਰਕੇ ਮੇਰੇ ਨਾਲ ਤੁਸੀਂ ਧਿਆਨ ਪੂਰਾ ਮੇਰੇ ਵੱਲ ਦਿਓ ਆਪਣਾ ਪਲੀਜ਼ ਜੋ ਹਲਚਲ ਹੋ ਲਈ ਬੰਦ ਕਰੋ ਠੀਕ ਹੈ ਸਰ ਇੱਕ ਮਿੰਟ ਸਰ ਮੈਂ ਆਪਣੇ ਬਿਲਕੁਲ ਹੀ ਬੰਦ ਕਰ ਦਿੰਦਾ ਜੀ ਸਟਾਪ ਦੈਟ ਪਲੀਜ਼ ਹਾਂਜੀ ਸਰ ਓਕੇ ਐਨੀਵੇ ਸ਼ਾਰਟ ਸਟੋਰੀ ਤੁਹਾਡੇ ਕੋਈ ਵਿਚੋਲਾ ਬਣਿਆ ਤੁਸੀਂ ਨਾ ਕਰਤੀ ਫਿਰ ਕੀ ਹੋਇਆ ਹਾਂਜੀ ਤੇ ਉਹ ਕਹਿੰਦੇ ਵੀ ਨਹੀਂ ਤੇਰਾ ਮਾਸੜ ਵਿੱਚ ਹੈ ਤੇ ਬਈ ਤੂੰ ਇਦਾਂ ਨਾ ਕਰ ਮੈਨੂੰ ਥੋੜਾ ਜਿਹਾ ਕਹਿਣ ਲੱਗ ਗਏ ਮੈਂ ਕਿਹਾ ਚਲੋ ਠੀਕ ਹੈ ਜੀ ਤੁਸੀਂ ਬਾਹਲਾ ਕਹਿੰਦੇ ਆ ਚਲੋ ਗੱਲ ਕਰਦੇ ਹਾਂ ਜਿੱਦਾਂ ਉਹ ਅੱਜ ਆਪਣੇ ਘਰੇ ਆਏ ਆ ਜੀ ਠੀਕਾ ਨੈਕਸਟ ਡੇ ਕਹਿੰਦੇ ਕਿ ਕੁੜੀ ਦੇਖਣ ਜਾਣਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇੰਨੀ ਕਾਹਲੀ ਨਾ ਕਰੋ ਜੇ ਆਪਾਂ ਕਰਨਾ ਹੀ ਆ ਥੋੜਾ ਜਿਹਾ ਪੁੱਛ ਗੱਛ ਕੇ ਕਰਦੇ ਹਾਂ ਤੇ ਚਲੋ ਜੀ ਨੈਕਸਟ ਡੇ ਹੋਏ ਕੁੜੀ ਦੇਖਣ ਗਏ ਕੁੜੀ ਵਾਲਿਆਂ ਨੇ ਮੈਨੂੰ ਦੇਖਿਆ ਮੈਂ ਉਹ ਕਹਿੰਦਾ ਉਹਨੂੰ ਮੁੰਡਾ ਪਸੰਦ ਹੈ ਤੇ ਕੁੜੀ ਕੁੜੀ ਤੇ ਇੱਕ ਉਹਦਾ ਭਰਾ ਹੈ ਭਰਾ ਉਸ ਟਾਈਮ ਆਲਰੇਡੀ ਕੈਨੇਡਾ ਦੇ ਵਿੱਚ ਸੀਗਾ ਜੀ ਉਹ ਲਵ ਮੈਰਿਜ ਕਰਵਾ ਕੇ ਗਿਆ ਸੀਗਾ ਉਸ ਟਾਈਮ 2018 ਦੇ ਵਿੱਚ ਸੀਗਾ ਮੈਨੂੰ ਨਹੀਂ ਪਤਾ 18 ਜੀ ਗਿਆ ਜਾਂ 17 ਦੇ ਵਿੱਚ ਗਿਆ ਜੀ ਉਹ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਤੀਜੇ ਦਿਨ ਦਾ ਇਹਨਾਂ ਰੋਕਾ ਰੱਖ ਲਿਆ ਕਿ ਅਖੇ ਸ਼ਗਨ ਪਾ ਦਿੰਦੇ ਹਾਂ ਅਸੀਂ ਬਈ ਚਲੋ ਕਹਿੰਦੇ ਵਿਆਹ ਤੇ ਰਿਸ਼ੀ ਤੇ ਨਹੀਂ ਕਰ ਸਕਦੇ ਕੁੜੀ ਨੇ ਕੁੜੀ ਦਾ ਵੀਜ਼ਾ ਆਇਆ ਹੋਇਆ ਸੀਗਾ ਕੈਨੇਡਾ ਦਾ ਸਰ ਕਿੱਥੋਂ ਦੀ ਕੁੜੀ ਕਿਹੜੇ ਪਿੰਡ ਦੀ ਹੈ ਨਾਂ ਨਹੀਂ ਲੈਣਾ ਕੁੜੀ ਦੇ ਪਿੰਡ ਦੱਸੋ ਕਿੱਥੋਂ ਦੀ ਹੈ ਕੁੜੀ ਦਾ ਪਿੰਡ ਹੈ ਜੀ ਪੱਬੀਆਂ ਬਟ ਰਹਿੰਦੇ ਜਗਰਾਉਂ ਸੀਗੇ ਜੀ ਉਹ ਕਿਹੜਾ ਪਿੰਡ ਸੀਗਾ ਪੱਬੀਆਂ ਪਿੰਡ ਹੈ ਜੀ ਜਗਰਾਉਂ ਦੇ ਕੋਲੇ ਆ ਪੱਬੀਆਂ ਜੀ ਓਕੇ ਰਹਿੰਦੇ ਜਗਰਾਉਂ ਸੀਗੇ ਰਹਿੰਦੇ ਜਗਰਾਉਂ ਸੀਗੇ ਜੀ ਕੁੜੀ ਦੇ ਮਾਂ ਪੇ ਤੇ ਜਿਹੜੀ ਕੁੜੀ ਦੀ ਮਾਤਾ ਜੀ ਸਰ ਉਹ ਸਰਕਾਰੀ ਨੌਕਰੀ ਤੇ ਲੱਗੀ ਹੋਈ ਸੀਗੀ ਆਪਣਾ ਲੋਕ ਭਲਾਈ ਡਿਪਾਰਟਮੈਂਟ ਹੁੰਦਾ ਜੀ ਆਪਣੇ ਪੰਜਾਬ 'ਚ ਪੈਨਸ਼ਨ ਡਿਪਾਰਟਮੈਂਟ ਹੈ ਉਹ ਉਹਦੇ ਵਿੱਚ ਸੁਪਰਵਾਈਜ਼ਰ ਲੱਗੀ ਹੋਈ ਸੀਗੀ ਉਹ ਨੌਕਰੀ ਮਿਲੀ ਸੀਗੀ ਉਹਨੂੰ ਜਿਹੜਾ ਉਹਦਾ ਘਰ ਵਾਲਾ ਸੀਗਾ ਸਰ ਉਹ ਕਾਰਗਿਲ ਦੇ ਵਿੱਚ ਸ਼ਹੀਦ ਹੋਇਆ ਵਾ ਸੀਗਾ ਉਹਦੇ ਬੇਸ ਤੇ ਉਹਦੀ ਘਰ ਵਾਲੀ ਨੌਕਰੀ ਮਿਲੀ ਸੀਗੀ ਓਕੇ ਸੋ ਦੋ ਬੱਚੇ ਸੀਗੇ ਅੱਛਾ ਤੁਹਾਡੀ ਵਾਈਫ ਛੋਟੀ ਸੀ ਤੇ ਤੁਹਾਡਾ ਵਾਈਫ ਦਾ ਬ੍ਰਦਰ ਜਿਹੜਾ ਆ ਉਹ ਵੱਡਾ ਸੀਗਾ
हाँ जी सर वो बड़ा सीगा जी। ओके फिर की होया? ते सर चलो उन्होंने कहंदे भी 18 लाख रुपए च गल हुई सारी सर, भी 9 लाख रुपया कहंदे पहला लेना है ते 9 लाख बाद च लेना है। ये सही मैरिज सी जां ही मतलब तुसी कॉन्ट्रैक्ट में सी? सही सी की नहीं सर? मैरिज सही सी बिल्कुल, मैरिज पक्के सब कुछ पक्का होया है। कहंदे भी जिदा सर अपने पंजाब चल रही है तुहानू भी पता ही है सारा। नहीं जी तुसी गल सुनो, कुड़ी वालिया ने पैसे देंदे आम तौर पर दाज, तो मुंडे वाले देना पै गया, तो तुसी ठाज पक्की मैरिज सर? क्योंकि वो कहते साडा कुड़ी ते खर्चा आया जी इन्ना, भी कड़ी कुड़ी तुहाडे घर ही जानी है ते तुसी सानू वो पैसे तो दिओ सारे पूरे। अच्छा तुसी 9 लाख 18 लाख रुपए दिता है उन्होंने? 18 नहीं सर, उन्होंने वाली 13 लाख रुपया गया हुआ है। ये तुसी मतलब 13 लाख रुपया पे किदा कीता उन्होंने? थोड़े को प्रूफ है कोई? सर 9 लाख की स्टेटमेंट है जी मेरे को, उन्होंने अकाउंट में पाया जी। मैं कि अकाउंट में? कुड़ी के माता के अकाउंट में पाया जी। मैं माता का नाम की है? ओदी माता का नाम सीगा जी की नाम सी माता का सीगा जी, माता का नाम नहीं याद आ रहा सर मेरे को। स्टेटमेंट पई उच्च नेम होएगा जी, क्योंकि चिर की गल है। मैं तो सर बड़ी हिम्मत जी करके तुम्हें कॉल की है, क्योंकि मैंने इदा होया कि किसी होर नाल ना इदा हो गए। मैं तुम्हें स्टेटमेंट सेंड कर दी। 9 लाख रुपये मतलब बैंक टू बैंक, केड़ी बैंक विचों करा? बैंक टू बैंक ट्रांसफर किया उसके सर 1.5 लाख रुपया मैं कैनेडा ट्रांसफर किया है, वो भरा के अकाउंट में 7.5 लाख रुपया वो माँ के अकाउंट में इंडिया ट्रांसफर किया हुआ है। 1.5 लाख रुपया का जो अमाउंट बने कैनेडा की बैंक, कि बैंक है कैनेडा की बैंक वो पता थानू? सर मैं तो आई थिंक स्कोशिया सी सर। नोवा स्कोशिया? हाँ जी सर। उपरा पक्का कैनेडा च पी जा रहे हैं? सर उस टाइम तो नहीं सीगा जी, हुण हो गया मैनू पता नहीं है जी। उस टाइम तो वो अपनी घरवाली दे बेस ते गया सीगा। एनीवे सो दिस इज फ्रॉड, क्योंकि तुसी हुण पैसे लए थानू कैनेडा मंगाउण दे, असी पुलिस नू दे रहे हैं। ए तुहाडे ब्रदर नू नाम की है? हां जी उहदा नाम सीगा जी मनदीप सिंह। एनी आईडिया उमर? उमर सर उसकी 22-23 साल होनी है जी। तो पता नहीं फादर और फादर का नाम की सी? उनके फादर का नाम सीगा सर सरदार, नहीं याद। ओके एनीवे नहीं याद सर। ओके फाइन सो मैं दसो कि थोड़ा टोटल जेड़ा आया वो कितना पैसा गया आया? सर मेरा उनाली 9 लाख रुपया गया हुआ है बैंक अकाउंट दे रही कैश। 9 लाख रुपया ਵਿੱਚ ਜਿਹੜਾ ਤੁਸੀਂ ਆਪਣੇ ਕੈਨੇਡਾ ਭੇਜਿਆ ਉਹ ਵੀ ਵਿੱਚ ਹੀ ਆ? ਕਿਹੜਾ ਸਰ? ਹਾਂਜੀ ਸਰ ਉਹ ਵਿੱਚ ਹੀ ਹੈ। ਓਕੇ ਹੋਰ ਕਿੰਨਾ ਖਰਚਾ ਹੋਇਆ? ਉਹ ਸਰ ਉਹਨਾਂ ਦੇ ਉੱਪਰ ਬਾਅਦ ਮੈਂ ਕੇਸ ਕੀਤਾ ਹੈ। ਨਹੀਂ ਤੁਸੀਂ 9 ਲੱਖ ਰੁਪਏ ਦਿੱਤਾ ਤਾਂ ਤੁਹਾਡਾ ਡੀਲ ਬਣ ਗਿਆ, ਤੁਹਾਡਾ ਵਿਆਹ ਹੋਣਾ ਸੀ, ਵਿਆਹ ਹੋਇਆ ਫਿਰ ਤੁਹਾਡਾ? ਨਹੀਂ ਸਰ ਨਹੀਂ ਹੋਇਆ ਜੀ। ਉਹ ਤੁਹਾਨੂੰ ਦੱਸਦਾ ਜੀ ਸਰ, ਜਦੋਂ ਤੀਜੇ ਦਿਨ ਮੇਰਾ ਉਹਨਾਂ ਨੇ ਕੀ ਕੀਤਾ ਹੈ, ਮੈਨੂੰ ਕਹਿੰਦੇ ਵੀ ਸ਼ਗਨ ਪਾਉਣਾ ਹੈ ਤੇ ਤੀਜੇ ਦਿਨ ਦਾ ਪ੍ਰੋਗਰਾਮ ਰੱਖ ਲਿਆ ਉਹਨਾਂ ਨੇ। ਹਾਂ ਤੇ ਉਸ ਦਿਨ ਜਿਹਦੇ ਪ੍ਰੋਗਰਾਮ ਸੀਗਾ ਸਵੇਰੇ ਹੀ, ਜਿਹੜਾ ਮੇਰਾ ਮਾਸੜ ਹੈ ਉਹਦਾ ਨਾਂ ਚਮਕੌਰ ਸਿੰਘ ਹੈ, ਪਿੰਡ ਸੇਖਾ ਗਲਾਂ ਤੋਂ ਹੀ ਹੈ ਉਹ ਸਵੇਰੇ ਸਵੇਰੇ ਘਰੇ ਆ ਗਿਆ, ਕਹਿੰਦਾ ਵੀ ਕੁੜੀ ਬਾਹਰ ਚਲੀ ਗਈ ਹੈ ਰਾਤ। ਪੈਸੇ ਲੈ ਗਈ? ਠੀਕ ਹੈ ਜੀ। ਹਾਂ ਕੁੜੀ ਬਾਹਰ ਚਲੀ ਗਈ ਹੈ, ਉਹਨਾਂ ਨੇ ਬਹਾਨਾ ਕੀ ਬਣਾਇਆ ਉਸ ਟਾਈਮ? ਉਸ ਟਾਈਮ ਕੁੜੀ ਵਾਲੇ ਕਹਿੰਦੇ ਅਖੇ ਸਾਡੇ ਤੇ ਕੇਸ ਦਰਜ ਹੋ ਗਿਆ ਸੀਗਾ ਇੱਥੇ, ਅਖੇ ਜਿਹੜੀ ਮੇਰੀ ਉਹਦੀ ਮਾਂ ਹੈ ਉਹ ਕਹਿੰਦੀ ਵੀ ਜਿਹੜੀ ਮੇਰੀ ਨੂੰਹ ਸੀਗੀ ਉਹਨੇ ਮੇਰੇ ਮੁੰਡੇ ਤੋਂ ਉੱਧਰ ਕੇਸ ਦਰਜ ਕੀਤਾ ਹੈ, ਵੀ ਮੇਰੇ ਨਾਲ ਧੱਕਾ ਕੀਤਾ ਇਹਨੇ ਤੇ ਉੱਥੇ ਕੋਈ ਕੇਸ ਦਰਜ ਕੀਤਾ ਹੈ। ਇੱਧਰ ਪੰਜਾਬ ਵਿੱਚ ਉਹਦੀ ਜਿਹੜੀ ਫੈਮਿਲੀ ਹੈ, ਸਹੁਰੇ ਫੈਮਿਲੀ ਹੈ ਇਹਦੇ ਪੁੱਤ ਦੀ, ਉਹਨੇ ਸਾਡੇ 'ਤੇ ਕੇਸ ਕਰ ਦੇਣਾ, ਇਸ ਤੋਂ ਦਾਜ ਮੰਗਦੇ ਆ, ਇਸ ਕਰਕੇ ਮੈਂ ਕੁੜੀ ਆਪਣੀ ਰਾਤੇ ਰਾਤ ਚਾੜ ਦਿੱਤੀ ਦਾਜ, ਇਹ ਉਹਨੇ ਬਹਾਨਾ ਬਣਾਇਆ ਜੀ। ਓਕੇ ਸੋ ਤੁਸੀਂ ਫਿਰ ਉਹਨੂੰ ਸਮਝ ਲੱਗ ਗਿਆ ਸਰ ਮੈਂ ਕੀ ਕਿਹਾ? ਮੈਂ ਸਮਝ ਗਿਆ ਗੱਲ ਨੂੰ। ਉਸ ਤੋਂ ਬਾਅਦ ਫਿਰ ਤੁਸੀਂ ਪੈਸੇ ਉਹਨਾਂ ਨੇ ਵਾਪਸ ਦਿੱਤੇ ਤੁਹਾਨੂੰ? ਹਾਂਜੀ ਸਰ। ਉਹਨਾਂ ਨੇ ਜਿਹੜੇ 9 ਲੱਖ ਰੁਪਈਆ ਲਿਆ ਸੀ ਵਾਪਸ ਕਰਤਾ? ਨਾ ਸਰ ਕੁਛ ਨਹੀਂ ਕੀਤਾ ਜੀ। ਤੁਸੀਂ ਪੁਲਿਸ ਪੈਸਾ ਵੀ ਨਹੀਂ ਆਇਆ? ਤੁਸੀਂ ਤੁਹਾਡਾ ਜ਼ਿਲ੍ਹਾ ਜਿਹੜਾ ਆ ਉਹ ਮੋਗਾ ਆ, ਤੁਸੀਂ ਕਾਲ ਕੀਤਾ ਪੁਲਿਸ ਨੂੰ ਇਨਫੋਰਮ ਕੀਤਾ? ਸਰ ਪੁਲਿਸ ਕੋਲੇ ਗਏ ਸੀਗੇ, ਪੁਲਿਸ ਕੋਲੇ FIR ਦਰਜ ਹੈ, ਉਹਦੀ ਕੋਈ ਸਭ ਕੁਝ ਦਰਜ ਹੈ ਸਰ ਉੱਥੇ। ਪਰਚਾ ਨਹੀਂ ਕੀਤਾ ਉਹਨਾਂ ਨੇ, ਪਰਚਾ ਕਿਉਂ ਨਹੀਂ ਕੀਤਾ? ਉਹ ਕਹਿੰਦੇ ਤੁਸੀਂ ਪਹਿਲਾਂ ਕੋਰਟ ਕੇਸ ਕਰ ਦਿੱਤਾ ਹੈ, ਕਿਉਂਕਿ ਉਹਨਾਂ ਕੋਲੋਂ ਮੈਂ ਇੱਕ ਬਲੈਂਕ ਚੈੱਕ ਲਿਆ ਸੀਗਾ ਜੀ ਉਸ ਟਾਈਮ। ਮੈਂ ਉਹ ਬਲੈਂਕ ਚੈੱਕ ਜਦੋਂ ਮੇਰੇ ਨਾਲ ਫਰੋਡ ਹੋਇਆ, ਮੈਂ ਉਹ ਆਪਦਾ ਅਮਾਊਂਟ ਭਰ ਕੇ 9 ਲੱਖ ਦੀ ਉਹਦੇ ਵਿੱਚ ਬੈਂਕ 'ਚ ਲਾਇਆ ਆਪਣੇ ਅਕਾਊਂਟ ਦੇ ਵਿੱਚ, ਉਹ ਚੈੱਕ ਬਾਊਂਸ ਹੋ ਗਿਆ। ਬਾਊਂਸ ਹੋ ਕੇ ਉਹ ਚੈੱਕ ਮੇਰੇ ਕੋਲ ਆਇਆ, ਉਹਦੇ ਬੇਸ 'ਤੇ ਫਿਰ ਇੱਕ ਕੋਰਟ ਕੇਸ ਬਣਿਆ ਜੀ, ਜੋ ਕਿ ਚੱਲ ਰਿਹਾ ਹੈ ਅੱਜ ਵੀ। ਉਹਨਾਂ ਤਰੀਕਾਂ ਪੈ ਰਹੀਆਂ ਨੇ, ਬਟ ਉਹਨਾਂ ਦਾ ਕੋਈ ਨਹੀਂ ਆਉਂਦਾ ਜੀ ਕੋਰਟ ਦੇ ਵਿੱਚ।
ਨਹੀਂ ਬਲੈਂਕ ਚੈੱਕ ਲਿਆ, ਉਹ ਵੀ ਇੱਕ ਫਰਾਡ ਹੈ ਨਾ, ਉਹ ਵੀ ਉਹ ਤੁਸੀਂ ਉਹ ਪੁਲਿਸ ਨੂੰ ਕੇਸ ਦਿਓ ਫਰਾਡ ਵਾਲਾ। ਸਰ ਦਿੱਤਾ ਹੋਇਆ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਜੀ, ਪੁਲਿਸ ਕਹਿ ਦਿੰਦੀ ਹੈ ਕਹਿੰਦੀ ਤੁਸੀਂ ਕੋਰਟ ਵਿੱਚ ਪਹਿਲਾਂ ਚਲੇ ਗਏ ਆ, ਕੋਰਟ ਸਾਡੇ ਤੋਂ ਉੱਪਰ, ਇਸ ਕਰਕੇ ਅਸੀਂ ਪਰਚਾ ਨਹੀਂ ਦਰਜ ਕਰ ਸਕਦੇ ਜੀ। ਨਹੀਂ ਤੁਸੀਂ ਗੱਲ ਨਹੀਂ ਸਮਝਦੇ, ਤੁਸੀਂ ਹੁਣ ਕੋਰਟ ਦੇ ਵਿੱਚ ਗਏ ਹੋ, ਉਹ ਪੇਮੈਂਟ ਜਿਹੜੀ ਆ ਉਹ ਆ। ਦੂਸਰੀ ਗੱਲ ਇਹ ਕਿ ਤੁਹਾਡੇ ਨਾਲ ਫਰੋਡ ਕੀਤਾ ਜਿਹੜਾ, ਕਿੰਨੇ ਲੱਖ ਦਾ ਉਹ ਦੇ ਨਹੀਂ ਰਹੇ, ਮੈਰਿਜ ਕਰਨੀ ਸੀਗੀ ਔਰ ਠਾਕਾ ਹੋ ਗਿਆ ਸੀਗਾ। ਤੁਹਾਡੇ ਕੋਲ ਤਸਵੀਰਾਂ ਹੈਗੀਆਂ ਠਾਕੇ ਦੀਆਂ? ਨਹੀਂ ਸਰ ਠਾਕਾ ਹੋਇਆ ਹੀ ਨਹੀਂ, ਉਸ ਦਿਨ ਤਾਂ ਕੁੜੀ ਨੇ ਚਾੜ ਦਿੱਤੀ ਆ ਰਾਤੇ ਰਾਤ ਜੀ। ਠਾਕਾ ਨਹੀਂ ਹੋਇਆ ਸੀਗਾ, ਠੀਕ ਨਾ ਪ੍ਰੋਬਲਮ। ਹਾਂਜੀ ਤੁਸੀਂ ਪਲੀ ਰਿਪੋਰਟ ਕਿੱਥੇ ਦਿੱਤੀ ਆ, ਥਾਣੇ ਦਿੱਤੀ ਆ ਜਾਂ ਕਿਸੇ ਤਹਿਸੀਲ ਆਪਣੇ ਡੀਐਸਪੀ ਨੂੰ ਜਾਂ ਮੋਗੇ ਐਸਐਸਪੀ ਦਫ਼ਤਰ ਦਿੱਤੀ ਸੀਗੀ ਜੀ? ਕੌਣ ਐਸਐਸਪੀ ਕੌਣ ਸੀ ਉਸ ਵੇਲੇ? ਉਸ ਟਾਈਮ ਸਰ ਮੈਨੂੰ ਨਾਮ ਨਹੀਂ ਯਾਦ, ਮੇਰੇ ਕੋਲੇ ਉਹ ਪਈ ਹੋਣੀ ਹੈ ਜੀ, ਮਾਰਕ ਕੀਤੀ ਹੋਈ ਮੇਰੇ ਕੋਲੇ, ਉਹਨਾਂ ਨੇ ਬਾਗਾ ਪੁਰਾਣਾ ਮਾਰਕ ਕੀਤੀ ਸੀਗੀ ਡੀਐਸਪੀ ਨੂੰ, ਤੇ ਡੀਐਸਪੀ ਸਾਡੇ ਲੋਕਲ ਥਾਣਾ ਪੈਂਦਾ ਸਮਾਲ ਸਰ, ਉੱਥੇ ਕੀਤੀ ਸੀਗੀ ਤੁਹਾਡੇ ਮਾਰਕ। ਉਸ ਟਾਈਮ ਉੱਥੇ ਆਪਣਾ ਐਸਆਈ ਸੀਗੇ ਸਰਜੀਤ ਸਿੰਘ, ਉਹਨਾਂ ਕੋਲੇ ਕੇਸ ਆਇਆ ਸੀਗਾ ਜੀ। ਫੋਰਗੇਟ ਅਬਾਊਟ ਦੈਟ, ਸਮਾਲ ਸਰ, ਸਮਾਲ ਸਰ ਛੱਡੋ, ਔਰ ਐਸਐਸਪੀ ਤੁਸੀਂ ਵੇਟ ਕਰੋ, ਹੁਣ ਦੋ ਦਿਨ ਦੀ ਗੱਲ ਹੈ, ਨਵੀਂ ਸਰਕਾਰ ਬਣ ਦਿਓ, ਔਰ ਮੈਂ ਰਾਈਟ ਵੇ ਵੀ ਪੁਲਿਸ ਨੂੰ ਫੋਨ ਕਰ ਸਕਦਾ, ਉੱਥੇ ਤੁਹਾਡੇ ਮਿਸਟਰ ਮੰਡ ਨੇ, ਬੜੇ ਅੱਛੇ ਅਫਸਰ ਨੇ, ਐਸਐਸਪੀ ਸਾਹਿਬ। ਹਾਂਜੀ ਐਸਐਸ ਮੰਡ। ਸੋ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਇੱਕ ਕੰਪਲੇਂਟ ਦੁਬਾਰਾ ਲਿਖਣੀ ਆ ਤਾਂ ਅਸੀਂ ਇਹ 'ਤੇ ਐਕਸ਼ਨ ਲਵਾਂਗੇ। ਠੀਕ ਹੈ ਸਰ। ਸੋ ਤੁਸੀਂ ਹੁਣ ਤੁਹਾਨੂੰ ਕੀ ਕਹਿੰਦੇ ਪੈਸੇ ਦੇਣ ਨੂੰ, ਕੈਨੇਡਾ ਚ ਹਾਂਜੀ ਸਰ, 1.5 ਲੱਖ ਰੁਪਏ ਉਹਦੇ ਅਕਾਊਂਟ 'ਚ ਪਾਇਆ ਜੀ ਮੈਂ। ਮੁੰਡੇ ਦੀ ਵੀ ਸ਼ਿਕਾਇਤ ਕੀਤੀ ਹੈ? ਹਾਂਜੀ ਸਰ, ਸਾਰਿਆਂ ਦਾ ਨਾਮ ਵਿੱਚ ਪਾਇਆ ਹੋਇਆ ਹੈ। ਨਹੀਂ 1.5 ਲੱਖ ਤੁਸੀਂ ਅਕਾਊਂਟ 'ਚ ਮੁੰਡੇ 'ਚ ਪਾਇਆ ਆ, ਪਰ ਉਹਦੀ ਇੱਕ ਵੱਖਰੀ ਰਿਪੋਰਟ ਕਰਨੀ ਸੀ ਪੁਲਿਸ ਨੂੰ, ਉਹ ਨਥਿੰਗ ਟੂ ਡੂ ਵਿਦ ਦੈਟ ਚੈੱਕ ਸਰ। ਸਰ ਉਹ ਸਾਰਾ ਵਿੱਚ ਹੀ ਹੈ ਨਾ, ਫਰੋਡ ਤੇ ਇਹਨਾਂ ਨੇ ਕੀਤਾ ਸਾਰਾ, ਉਹਦੇ ਜਿਹੜਾ ਸਾਡੀ ਸਾਰੀ ਅਮਾਊਂਟ ਆ ਉਹਦੇ ਵਿੱਚ ਇਕੱਲਾ ਇਕੱਲਾ ਵੇਰਵਾ ਪਾਇਆ ਹੋਇਆ ਹੈ ਵੀ 1.5 ਲੱਖ ਇਸ ਤਰੀਕ ਨੂੰ ਟ੍ਰਾਂਸਫਰ। ਤੁਸੀਂ ਗੱਲ ਨਹੀਂ ਸਮਝਦੇ, ਟ੍ਰਾਈ ਟੂ ਅੰਡਰਸਟੈਂਡ। ਹਾਂਜੀ ਸਰ, ਇਹ ਦੋ ਫਰੋਡ ਨੇ, ਇੱਕ ਤਾਂ ਤੁਹਾਡੀ ਫਰੋਡ ਕਰਨ ਵਾਲੀ ਸੱਸ ਹੈ ਜਿਹਦੇ ਅਕਾਊਂਟ ਵਿੱਚ ਪੈਸੇ ਪਾਏ ਆ, ਤੇ ਦੂਜੇ ਤੁਸੀਂ ਪੈਸੇ ਪਾਏ ਆ ਇਹ ਮੁੰਡੇ ਦੇ। ਸੋ ਇੱਕ ਹੋਏ ਫਰੋਡ ਵੱਖਰਾ ਆਇਆ ਇਹ। ਹਾਂਜੀ ਸਰ। ਹਾਂ ਤੇ ਤੁਸੀਂ ਇਹਦੀ ਵੱਖਰੀ ਕੰਪਲੇਂਟ ਕਰੋ ਸਰ, ਉੱਥੇ ਪੰਜਾਬ ਹੀ ਕਰਗੇ, ਪੰਜਾਬ ਹੀ ਕਰੋਗੇ ਕਿ ਤੁਸੀਂ ਪੰਜਾਬ ਇਹ ਪੈਸੇ ਜਮਾ ਕਿੱਥੋਂ ਕਰਾਏ, ਟ੍ਰਾਂਸਫਰ ਕਿੱਥੋਂ ਕਰਾਏ ਪੈਸੇ? ਇਹ ਸਰ ਮੈਂ ਸਾਰੇ ਮੇਰੇ ਐਕਸਿਸ ਬੈਂਕ ਦਾ ਅਕਾਊਂਟ ਹੈ ਬੱਗਾ ਪੁਰਾਣਾ, ਉੱਥੋਂ ਸਾਰੇ ਟ੍ਰਾਂਸਫਰ ਕੀਤੇ ਜੀ। ਫਾਈਨ, ਤੁਸੀਂ ਪੰਜਾਬ ਦੇ ਵਿੱਚ ਹੀ ਲਾਉਂਚ, ਪੰਜਾਬ ਦੇ ਵਿੱਚ ਹੀ ਤੁਸੀਂ ਕੰਪਲੇਂਟ ਕਰੋ ਫੌਰਨ, ਕੰਪਲੇਂਟ ਦੀ ਕਾਪੀ ਮੇਰੇ ਆਫਿਸ ਤੋਂ ਭੇਜ ਦਿਓ ਰਾਈਟ ਵੇ। ਠੀਕ ਹੈ ਸਰ। ਸੁਬਿੰਦਰ, ਅਸੀਂ ਪਬਲਿਕ ਓਪੀਨੀਅਨ ਲੈਣਾ ਚਾਹਾਂਗੇ, ਤੁਸੀਂ ਦੁਨੀਆਂ ਨੂੰ ਕਹਿਣਾ ਕੀ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਸੰਦੇਸ਼ ਕੀ ਤੁਹਾਡਾ ਪਬਲਿਕ ਨੂੰ, ਕਿ ਹੋਰ ਕੋਈ ਨਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਫੋਟੋਆਂ ਭੇਜੀਆਂ ਜੀ, ਉਹਨਾਂ ਦੀਆਂ ਫੋਟੋਆਂ ਲਗਾਓ, ਠੀਕ ਹੈ ਜੀ। ਮੈਂ ਇਹ ਚਾਹੁੰਦਾ ਕੋਈ ਹੋਰ ਨਾ ਉਹਨਾਂ ਕੋਲੇ ਫਸੇ ਜੀ, ਕਿਉਂਕਿ ਉਹਨਾਂ ਦੇ ਕੋਈ ਹਾਲੇ ਤੇ ਉਹਨਾਂ ਤੇ ਪਰਚਾ ਦਰਜ ਨਹੀਂ ਹੋਇਆ, ਜੇ ਪਰਚਾ ਦਰਜ ਹੋਇਆ ਤਾਂ ਮੈਂ ਉਹਨਾਂ ਦੀ ਫੋਟੋ ਲਾ ਲੈਣੀ ਸੀ, ਤੁਹਾਡੀ ਸੱਸ ਦੀ ਵੀ, ਤੇ ਤੁਹਾਡੇ ਉਹ ਕੀ ਨਾ ਆ ਸਹੁਰੇ ਕੀ ਸਹੁਰਤ ਹੈ ਨੀ ਗਾ, ਤੁਹਾਡੇ ਸਾਲੀ ਦੀ ਵੀ, ਕਿਉਂਕਿ ਹਾਲ ਤੀ ਮਤਲਬ ਇਹ ਤਾਂ ਪ੍ਰੋਬਲਮ ਹੈ ਜੀ, ਨਾ ਪੁਲਿਸ ਨੇ ਕੁਛ ਕੀਤਾ ਜੀ ਉੱਥੇ, ਡੋਂਟ ਵਰੀ, ਤੁਸੀਂ ਪਤਾ ਨਹੀਂ ਕੀ ਕਰਦੀ ਰਹੀ ਹੈ। ਨਹੀਂ ਨਹੀਂ, ਪੁਲਿਸ ਨੂੰ ਤੁਸੀਂ ਪ੍ਰੋਪਰ ਗਾਈਡ ਨਹੀਂ ਕੀਤਾ, ਤੁਸੀਂ ਲੁੱਕ ਆਊਟ ਨਹੀਂ ਕੀਤਾ ਪ੍ਰੋਪਰ, ਤੁਸੀਂ ਕੋਈ ਵਕੀਲ ਹਾਇਰ ਕਰਦੇ ਫਿਰ ਤੁਸੀਂ ਪੁਲਿਸ ਰਾਹੀਂ ਕੋਈ ਪ੍ਰੋਪਰ ਵਕੀਲ ਕੀਤਾ ਹੋਇਆ ਜੀ? ਵਕੀਲ ਜਿਹੜੇ ਆ, ਵਕੀਲ ਵੀ ਇਸ ਤਰ੍ਹਾਂ ਦੇ ਨੇ। ਤੁਹਾਡੀ ਸੱਸ ਦਾ ਨੰਬਰ ਹੈਗਾ ਸਰ? ਇੰਡੀਆ ਵਾਲਾ ਹੈ, ਬਟ ਉਹ ਤਾਂ ਲੱਗਣੇ ਤਾਂ ਲੱਗਦਾ ਨਹੀਂ ਹੈ ਜੀ। ਤੁਹਾਡੇ ਕੋਲ ਨੰਬਰ ਹੈ, ਤੁਹਾਡੀ ਸੱਸ ਦਾ ਹੈ ਜਾਂ ਨਹੀਂ? ਹੈਗਾ ਜੀ। ਉਹ ਚੱਲਦਾ ਜਾਂ ਨਹੀਂ? ਨਹੀਂ ਚੱਲਦਾ ਸਰ, ਬੰਦ ਹੈ। ਉਹਨਾਂ ਨੇ ਬੰਦ ਕੀਤਾ ਹੋਇਆ, ਬਲੌਕ ਕੀਤਾ ਤੁਹਾਨੂੰ? ਨਹੀਂ ਸਰ, ਆਈ ਥਿੰਕ ਉਹ ਨੰਬਰ ਹੀ ਚੇਂਜ ਕਰ ਲਿਆ ਉਹਨਾਂ ਨੇ, ਬੰਦ ਕੀਤਾ ਹੋਇਆ ਹੈ। ਓਕੇ, ਉਸ ਲੇਡੀ ਦੀ ਪਿਕਚਰ ਹੈਗੀ ਤੁਹਾਡੇ ਕੋਲ? ਮੈਂ ਸਰ ਤੁਹਾਨੂੰ ਸੈਂਡ ਕਰ ਦਿੱਤੀ ਹੈ ਆਲਰੇਡੀ ਜੀ। ਓਕੇ, ਉਸ ਲੇਡੀ ਦੀ ਪਿਕਚਰ ਲਾਓ ਸਿੰਧ ਸਾਹਿਬ ਪਲੀਜ਼, ਆਹ ਕੁੜੀ ਦੀ ਫੋਟੋ ਉਠਾ ਕੇ ਉਹਦੀ ਲਾ ਦਿਓ ਜੀ। ਬਿਲਕੁਲ, ਮੈਂ ਕਮਰਸ਼ੀਅਲ ਬ੍ਰੇਕ ਲੈ ਲਵਾਂ ਜੀ। ਬਿਲਕੁਲ ਲਾ ਰਹੇ, ਬਸ ਸਭ ਗੱਲ ਸੁਣੋ ਪਲੀਜ਼। ਸੋ ਇਹ ਨੰਬਰ ਡਾਇਲ ਕੀਤਾ ਸੀ ਜਿਹੜਾ ਇਹਨਾਂ ਨੇ ਨੰਬਰ ਦਿੱਤੇ ਸੀਗੇ, ਜਿਹੜੇ ਕੈਨੇਡਾ ਵਾਲੇ ਗੁੱਡੀ ਦਾ ਨੰਬਰ ਦਿੱਤਾ ਸੀਗਾ ਉਹ ਲਾਇਆ ਸੀ, ਆਈ ਥਿੰਕ ਭੈਣ ਭਰਾ ਦੋਨੇ ਇਕੱਠੇ ਹੀ ਸੀਗੇ, ਉਹਨਾਂ ਨੂੰ ਲਾਇਆ, ਉਹਨਾਂ ਨੂੰ ਦੱਸਿਆ ਕਿ ਜੋਗਿੰਦਰ ਬਾਸੀ ਜੀ ਗੱਲ ਕਰਨਗੇ ਕਿ ਐਂ ਕਰਕੇ ਤੁਹਾਡਾ ਕੋਈ ਇਸ਼ੂ ਚੱਲ ਰਿਹਾ ਨਾ, ਤਾਂ ਉਹ ਹੁਣ ਦੋਨੇ ਜਾਣੇ ਫੋਨ ਕੱਟ ਕੇ ਤੇ ਚੱਕ ਨਹੀਂ ਰਹੇ ਜੀ। ਓਕੇ, ਉਹਨੂੰ ਛੱਡੋ, ਤੁਸੀਂ ਉਹਨਾਂ ਮਦਰ ਦੀ ਫੋਟੋ ਲਾਓ,
ਕਿਉਂਕਿ ਇਹਨਾਂ ਨੇ ਅਕਾਊਂਟ ਮਦਰ ਵਿੱਚ ਪਾਏ ਦੈਨ ਵੀ ਕਾਲ ਦੀ ਪੁਲਿਸ ਬਿਸੀ ਲੋਕਲ ਪੁਲਿਸ ਨੂੰ ਵੀ ਆਰ ਸੀ ਪੀ ਨੂੰ ਵੀ ਤੁਹਾਨੂੰ ਇੱਕ ਦਿੰਦੇ ਇੱਥੇ ਸੀ ਬੀ ਐੱਸ ਏ ਨੂੰ ਤੁਸੀਂ ਇੱਕ ਕੇਸ ਦੇਣਾ ਆ ਇੱਥੇ ਕੈਨੇਡਾ ਪੁਲਿਸ ਨੂੰ ਤਾਂ ਫਿਰ ਇਹਨਾਂ 'ਤੇ ਐਕਸ਼ਨ ਲਿਆ ਜਾਊਗਾ ਤੁਹਾਡੇ ਇੱਕ ਤੁਹਾਡੇ ਨਾਲ ਫਰੋਡ ਕੀਤਾ ਇਹਨਾਂ ਨੇ ਠੀਕ ਹੈ ਠੀਕ ਹੈ ਸਰ ਨੋ ਪ੍ਰੋਬਲਮ ਸੋ ਸੋ ਸਾਹਿਬ ਮੈਂ ਕਮਰਸ਼ੀਅਲ ਬ੍ਰੇਕ ਲਵਾਂ ਇਹਨਾਂ ਦੀ ਮਦਰ ਲਾਓ ਜਿਹੜੀ ਕੀ ਨਾਮ ਉਹਦਾ ਇਹਨਾਂ ਨੂੰ ਨਾਮ ਨਹੀਂ ਪਤਾ ਪ੍ਰੋਬਲਮ ਤਾਂ ਇਹ ਆ ਨਾਮ ਨੀ ਪਤਾ ਕੌਣ ਆ ਤੁਹਾਡੀ ਨਾਮ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਸਰ ਇੱਕ ਮਿੰਟ ਜੀ ਅਸੀਂ ਲਾਈਨ ਹੋਲਡ ਰੱਖਦੇ ਕਮਰਸ਼ੀਅਲ ਬ੍ਰੇਕ ਲਾਓ ਸਰ ਪਲੀਜ਼ ਠੀਕ ਹੈ ਸਰ ਹੋਲਡ ਰੱਖੋ